ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਲਟੀਪਲ ਚੋਇਸ ਕੁਐਸਚਨ ਦਾ ਪਾਰਟ ਨੰਬਰ 7 ਡਿਸਕਸ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਇਸ ਦੇ 6 ਪਾਰਟ ਜਿਹੜੇ ਆ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਸਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 153 ਹੈ, ਜਿਸ ਦੇ ਵਿੱਚ ਹੈ ਕਿ ਬੈਟਰੀ ਦੇ ਲਈ ਇਲੈਕਟ੍ਰੋਲਾਈਟ ਤਿਆਰ ਕਰਨ ਦੇ ਲਈ ਤੇਜ਼ਾਬ ਪਾਣੀ ਵਿੱਚ ਪਾਇਆ ਜਾਂਦਾ ਹੈ ਜਾਂ ਪਾਣੀ ਤੇਜ਼ਾਬ ਵਿੱਚ ਪਾਇਆ ਜਾਂਦਾ ਹੈ ਜਾਂ ਦੋਨਾਂ ਵਿੱਚੋਂ ਕੋਈ ਵੀ ਪਾਇਆ ਜਾ ਸਕਦਾ ਹੈ ਜਾਂ ਬੈਟਰੀ ਵਿੱਚ ਤੇਜ਼ਾਬ ਪੈਂਦਾ ਹੀ ਨਹੀਂ ਹੈ। ਅਤੇ ਇਸਦਾ ਜਿਹੜਾ ਆਂਸਰ ਹੈ ਜੀ ਉਹ ਆਪਸ਼ਨ ਫਸਟ ਆ ਜਾਂਦਾ ਜੀ, ਤੇਜ਼ਾਬ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ। ਜਦੋਂ ਅਸੀਂ ਇਲੈਕਟ੍ਰੋਲਾਈਟ ਤਿਆਰ ਕਰਦੇ ਹਾਂ ਬੈਟਰੀ ਦੇ ਲਈ ਤਾਂ ਹਮੇਸ਼ਾ ਹੀ ਪਾਣੀ ਦੇ ਵਿੱਚ ਤੇਜ਼ਾਬ ਪਾਇਆ ਜਾਂਦਾ ਹੈ। ਆਪਸ਼ਨ ਫਸਟ ਜਿਹੜੀ ਹੈ ਉਹ ਇਸਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਨੰਬਰ 2 ਹੈ, ਜਿਸ ਦੇ ਵਿੱਚ ਹੈ ਕਿ ਬੈਟਰੀ ਦੀ ਐਂਪੀਅਰ ਆਵਰ ਕਪੈਸਿਟੀ, ਜਿਹਨੂੰ ਅਸੀਂ AH ਕਹਿੰਦੇ ਹਾਂ, ਐਂਪੀਅਰ ਆਵਰ ਜਿਹੜੀ ਕਪੈਸਿਟੀ ਹੈ ਉਹ ਕਿਸ ਗੱਲ 'ਤੇ ਨਿਰਭਰ ਕਰਦੀ ਹੈ? ਪਲੇਟਾਂ ਦੀ ਗਿਣਤੀ ਦੇ ਸੰਖਿਆ 'ਤੇ ਨਿਰਭਰ ਕਰਦੀ ਹੈ, ਬੈਟਰੀ ਦੇ ਖੋਲ ਦੇ ਸਾਈਜ਼ 'ਤੇ ਡਿਪੈਂਡ ਕਰਦੀ ਹੈ, ਜਾਂ ਬੈਟਰੀ ਦੇ ਇਲੈਕਟ੍ਰੋਲਾਈਟ ਦੀ ਘਣਤਾ ਦੇ ਉੱਪਰ, ਜਾਂ ਇਹਨਾਂ ਵਿੱਚੋਂ ਸਾਰੀਆਂ? ਤਾਂ ਇਸਦਾ ਜਿਹੜਾ ਰਾਈਟ ਆਂਸਰ ਹੈ ਜੀ ਉਹ ਡਿਪੈਂਡ ਕਰੇਗਾ ਜੀ ਕੁਐਸਚਨ ਨੰਬਰ 1 ਦੇ ਵਿੱਚ ਕਿ ਬੈਟਰੀ ਦੀਆਂ ਪਲੇਟਾਂ 'ਤੇ ਡਿਪੈਂਡ ਕਰਦੀ ਹੈ। ਜਿਹੜੀ AH ਹੈ ਉਹ ਬੈਟਰੀ ਦੀ ਪਲੇਟਾਂ ਦੀ ਗਿਣਤੀ ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ। ਆਪਸ਼ਨ ਫਸਟ ਇਸਦਾ ਰਾਈਟ ਆਂਸਰ ਆ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਫਲੋਰੋਸੈਂਟ ਟਿਊਬ ਵਿੱਚ ਚੌਕ ਟਿਊਬ ਦੇ ਸੀਰੀਜ਼ ਵਿੱਚ ਕਿਸ ਕਰਕੇ ਲਗਾਈ ਹੁੰਦੀ ਹੈ? ਫਲੋਰੋਸੈਂਟ ਟਿਊਬ ਜਿਹੜੀ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ, ਇਸਦੇ ਸੀਰੀਜ਼ ਵਿੱਚ ਜਿਹੜੀ ਹੈ ਉਹ ਚੌਕ ਲਗਾਈ ਹੁੰਦੀ ਹੈ, ਤਾਂ ਕਿਸ ਕਰਕੇ ਲਗਾਈ ਹੁੰਦੀ ਹੈ? ਪਹਿਲਾ ਆਪਸ਼ਨ ਹੈ ਕਿ ਟਿਊਬ ਦੀ ਟਿਮਟਮਾਹਟ ਨੂੰ ਰੋਕਣ ਦੇ ਲਈ, ਸੈਕਿੰਡ ਆਪਸ਼ਨ ਹੈ ਟਿਊਬ ਨੂੰ ਜਾਣ ਵਾਲੇ ਕਰੰਟ ਨੂੰ ਕੰਟਰੋਲ ਕਰਨ ਦੇ ਲਈ, ਅਤੇ ਤੀਸਰਾ ਆਪਸ਼ਨ ਹੈ ਪਾਵਰ ਫੈਕਟਰ ਵਧਾਉਣ ਦੇ ਲਈ। ਅਤੇ ਇਸਦਾ ਆਪਸ਼ਨ ਸੈਕਿੰਡ ਆ ਜਾਏਗਾ ਜੀ, ਟਿਊਬ ਨੂੰ ਜਾਣ ਵਾਲੇ ਕਰੰਟ ਨੂੰ ਕੰਟਰੋਲ ਕਰਨ ਦੇ ਲਈ। ਜਿਹੜੀ ਸੀਰੀਜ਼ ਵਿੱਚ ਲਗਾਈ ਹੁੰਦੀ ਹੈ ਇਹ ਟਿਊਬ ਨੂੰ ਜਾਣ ਵਾਲੇ ਕਰੰਟ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਹੈ ਇਹ ਲਗਾਈ ਜਾਂਦੀ ਹੈ, ਔਰ ਇਸਦਾ ਜਿਹੜਾ ਆਪਸ਼ਨ ਸੈਕਿੰਡ ਜਿਹੜਾ ਇਸਦਾ ਉਹ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 156, ਜਿਸ ਦੇ ਵਿੱਚ ਹੈ ਕਿ ਜੇਕਰ 2000 ਰੁਪਏ ਦੀ ਇਮਰਸ਼ਨ ਰੋਡ ਇੱਕ ਬਾਲਟੀ ਦਾ ਪਾਣੀ 20 ਮਿੰਟ ਤੱਕ ਗਰਮ ਹੁੰਦਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਵਰਤਣਾ ਚਾਹੀਦਾ ਹੈ ਜੋ ਪਾਣੀ ਜਿਹੜਾ 20 ਮਿੰਟ ਛੇਤੀ ਗਰਮ ਹੋ ਜਾਵੇ? ਇਹ 2000 ਵਾਟ ਆਣਾ ਹੈ, 2000 ਰੁਪਏ ਗਲਤੀ ਨਾਲ ਮੈਨਸ਼ਨ ਕੀਤਾ ਗਿਆ। ਇਹ ਕੁਐਸਚਨ ਆਇਆ ਕਿ ਜੇ 2000 ਵਾਟ ਦੀ ਸਾਡੇ ਕੋਲ ਇੱਕ ਇਮਰਸ਼ਨ ਰੋਡ ਹੈ ਜੋ ਪਾਣੀ ਗਰਮ ਲਈ ਅਸੀਂ ਯੂਜ਼ ਕਰਦੇ ਹਾਂ, ਉਹ ਅਗਰ 20 ਮਿੰਟ 'ਤੇ ਪਾਣੀ ਗਰਮ ਕਰਦੀ ਹੈ ਤਾਂ ਕਿਹੜਾ ਤਰੀਕਾ ਵਰਤਣਾ ਚਾਹੀਦਾ ਹੈ ਕਿ 20 ਮਿੰਟ ਤੋਂ ਪਹਿਲਾਂ ਜਿਹੜਾ ਪਾਣੀ ਹੈ ਉਹ ਗਰਮ ਹੋ ਜਾਏ? ਆਪਸ਼ਨ ਹੈ ਕਿ ਸਪਲਾਈ ਵੋਲਟੇਜ ਘਟਾਉਣ ਦੇ ਨਾਲ, ਜਾਂ ਹੀਟਰ ਐਲੀਮੈਂਟ ਦੀ ਲੰਬਾਈ ਘਟਾਉਣ ਦੇ, ਜਾਂ ਹੀਟਰ ਐਲੀਮੈਂਟ ਦੀ ਲੰਬਾਈ ਵਧਾ ਕੇ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ ਜੀ ਆਪਸ਼ਨ ਸੈਕਿੰਡ ਆ ਜਾਏਗੀ, ਹੀਟਰ ਐਲੀਮੈਂਟ ਦੀ ਜਿਹੜੀ ਲੰਬਾਈ ਹੈ ਉਹ ਘਟਾਵਾਂਗੇ।
ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਰਜਿਸਟੈਂਸ ਹੈ ਉਹ ਸਮਾਨ ਅਨੁਪਾਤੀ ਹੁੰਦੀ ਹੈ ਲੈਂਥ ਦੇ। ਮੀਨਸ ਅਗਰ ਅਸੀਂ ਲੈਂਥ ਵਧਾਉਂਦੇ ਹਾਂ ਤਾਂ ਰਜਿਸਟੈਂਸ ਵੀ ਵਧੇਗੀ, ਤਾਂ ਅਗਰ ਅਸੀਂ ਇਹਦੀ ਲੈਂਥ ਦੀ ਲੰਬਾਈ ਘਟਾਵਾਂਗੇ, ਲੈਂਥ ਨੂੰ ਘਟਾ ਦਿੱਤਾ, ਤਾਂ ਇਸਦੀ ਜਿਹੜੀ ਰਜਿਸਟੈਂਸ ਹੈ ਉਹ ਵੀ ਕੀ ਹੈ, ਘੱਟ ਜਾਏਗੀ। ਤਾਂ ਅਗਰ ਰਜਿਸਟੈਂਸ ਘੱਟ ਜਾਏਗੀ ਤਾਂ ਕਰੰਟ ਜ਼ਿਆਦਾ ਹੋਏਗਾ, ਅਗਰ ਕਰੰਟ ਜ਼ਿਆਦਾ ਹੋਏਗਾ ਤਾਂ ਉਹ ਜਿਹੜੀ ਪਾਣੀ ਹੈ ਰੋਡ ਜਿਹੜੀ ਹੈ ਉਹ 20 ਮਿੰਟ ਤੋਂ ਪਹਿਲਾਂ ਜਿਹੜਾ ਪਾਣੀ ਨੂੰ ਗਰਮ ਕਰ ਦੇਗੀ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਆ ਗਿਆ, ਕੁਸ਼ਚਨ ਨੰਬਰ 157, ਜਿਸ ਦੇ ਵਿੱਚ ਹੈ ਕਿ ਏ ਸੀ ਐੱਸ ਆਰ ਦਾ ਜਿਹੜਾ ਮਤਲਬ ਕੀ ਹੈ। ਆਪਸ਼ਨ ਪਹਿਲਾ ਐਲਮੀਨੀਅਮ ਕੋਰ ਸਟੀਲ ਰਿਨਫੋਰਸਡ ਜਾਂ ਐਲਮੀਨੀਅਮ ਕੰਡਕਟਰ ਸਟੀਲ ਰਿਨਫੋਰਸ, ਇਸਦਾ ਜਿਹੜਾ ਆਂਸਰ ਹੈ ਆਪਸ਼ਨ ਸੈਕਿੰਡ ਆ ਜਾਣਾ, ਜਿਸਦਾ ਆਂਸਰ ਐਲਮੀਨੀਅਮ ਕੰਡਕਟਰ ਸਟੀਲ ਰਿਨਫੋਰਸ ਜਿਹੜਾ ਇਸਦਾ ਰਾਈਟ ਆਂਸਰ ਹੈ। ਇਹ ਇਸਦੀ ਫੁੱਲ ਫੋਰਮ ਹੈ ਐਲਮੀਨੀਅਮ ਕੰਡਕਟਰ ਸਟੀਲ ਰਿਨਫੋਰਸ, ਤਾਂ ਆਪਸ਼ਨ ਜਿਹੜਾ ਸੈਕਿੰਡ ਇਸਦਾ ਜਿਹੜਾ ਉਹ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਲੋਡ ਕੇਂਦਰ ਸੈਂਟਰ ਦੇ ਨੇੜੇ ਕਿਉਂ ਲਗਾਇਆ ਜਾਂਦਾ ਹੈ। ਡਿਸਟ੍ਰੀਬਿਊਸ਼ਨ ਹੈ ਹਮੇਸ਼ਾ ਲੋਡ ਸੈਂਟਰ ਦੇ ਨੇੜੇ ਕਿਉਂ ਲਗਾਇਆ ਜਾਂਦਾ ਹੈ। ਪਹਿਲਾ ਆਪਸ਼ਨ ਹੈ ਖਰਚਾ ਘਟਾਉਣ ਦੇ ਲਈ, 11 KV ਲਾਈਨ ਦੀ ਲੰਬਾਈ ਘਟਾਉਣ ਦੇ ਲਈ, ਅਸਮਾਨੀ ਬਿਜਲੀ ਤੋਂ ਬਚਣ ਲਈ, ਜਾਂ ਐਨਰਜੀ ਲੋਸ ਨੂੰ ਘਟਾਉਣ ਦੇ ਲਈ। ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ ਉਹ ਆਪਸ਼ਨ ਸਾਡੇ ਕੋਲ ਆ ਜਾਣਾ ਜੀ ਲਾਸਟ, ਐਨਰਜੀ ਲੋਸ ਨੂੰ ਘਟਾਉਣ ਦੇ ਲਈ ਜਿਹੜਾ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਹੈ ਉਹ ਲੋਡ ਸੈਂਟਰ ਦੇ ਨੇੜੇ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਪਿੰਨ ਇੰਸੂਲੇਟਰ ਵੱਧ ਤੋਂ ਵੱਧ ਕਿੰਨੀ ਵੋਲਟੇਜ ਦੇ ਲਈ ਵਰਤੇ ਜਾਂਦੇ ਹਨ। ਪਿੰਨ ਇੰਸੂਲੇਟਰ ਜਿਹੜੇ ਵੱਧ ਤੋਂ ਵੱਧ ਉਹ 33 KV ਵੋਲਟੇਜ ਤੱਕ ਜਿਹੜੇ ਆ ਵਰਤੇ ਜਾਂਦੇ ਆ। ਆਪਸ਼ਨ ਥਰਡ ਇਹਨਾਂ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਏ ਸੀ ਐੱਸ ਆਰ ਕੰਡਕਟਰ ਵਿੱਚ ਪਾਈ ਗਈ ਸਟੀਲ ਦੀ ਜਿਹੜੀ ਤਾਰ ਹੈ ਉਹ ਕਿਸ ਤਰ੍ਹਾਂ ਦੀ ਸਟੀਲ ਦੀ ਤਾਰ ਦੀ ਜਿਹੜੀ ਕੋਟਿੰਗ ਹੈ ਕਿਹਦੀ ਕੀਤੀ ਹੁੰਦੀ ਹੈ, ਵਾਰਨਿਸ਼, ਨਿਕਲ, ਪੇਂਟ ਜਾਂ ਗੈਲਵਨਾਈਜ਼। ਉਸਦਾ ਜਿਹੜਾ ਰਾਈਟ ਆਂਸਰ ਆ ਜਾਏਗਾ ਜੀ ਗੈਲਵਨਾਈਜ਼ਡ ਕੀਤੀ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਸੰਚਾਰ ਲਾਈਨਾਂ ਵਿੱਚ ਕਰੋਨਾ ਕਿਸ ਤਰ੍ਹਾਂ ਜਿਹੜਾ ਪਛਾਣਿਆ ਜਾਂਦਾ ਹੈ। ਜਿਹੜੀ ਸਾਡੇ ਕੋਲ ਟਰਾਂਸਮਿਸ਼ਨ ਲਾਈਨ ਹੈ ਉਹਨਾਂ ਵਿੱਚ ਕਰੋਨਾ ਇਫੈਕਟ ਦੇਖਣ ਨੂੰ ਮਿਲਦਾ ਹੈ, ਉਹ ਕਿਸ ਤਰ੍ਹਾਂ ਜਿਹੜਾ ਪਛਾਣਿਆ ਜਾ ਸਕਦਾ ਹੈ। ਪਹਿਲਾ ਆਪਸ਼ਨ ਹੈ ਕਿ ਕੰਡਕਟਰ ਅਤੇ ਅਰਥ ਵਿਚਾਰੇ ਹੋਣ ਵਾਲੀ ਚੰਗਿਆੜੀ ਨਹੀਂ। ਸੈਕਿੰਡ ਆਪਸ਼ਨ ਹੈ ਕਿ ਲਾਈਨ ਨੇੜੇ ਆਉਣ ਵਾਲੀ ਹਾਸ਼ ਦੀ ਆਵਾਜ਼ ਅਤੇ ਅਯੋਨ ਗੈਸ ਪੈਦਾ ਹੁੰਦੀ ਹੈ, ਯਾਨੀ ਕਿ ਵਾਇਲਟ ਗਲੋ ਲਾਈਟ ਦੇਖਦੇ ਹੋ, ਹਾਸ਼ ਦੀ ਆਵਾਜ਼ ਆਉਂਦੀ ਹੈ ਔਰ ਅਯੋਨ ਗੈਸ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਤੋ ਇੱਥੋਂ ਜਿਹੜਾ ਸੀ ਕਰੋਨਾ ਲੋਸ ਜਿਹੜਾ ਅਸੀਂ ਪਹਿਚਾਣ ਸਕਦੇ ਹਾਂ ਕਿਸ ਲਾਈਨ ਦੇ ਵਿੱਚ, ਔਰ ਕਰੋਨਾ ਇਫੈਕਟ ਦੇ ਕਾਰਨ ਜਿਹੜੀ ਟਰਾਂਸਮਿਸ਼ਨ ਲਾਈਨ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਘੱਟ ਜਾਂਦੀ ਹੈ। ਤੋ ਇਸ ਦਾ ਰਾਈਟ ਆਂਸਰ ਹੈ ਕਿ ਲਾਈਨ ਦੇ ਨੇੜੇ ਆਉਣ ਵਾਲੇ ਹਸ਼ ਦੀ ਆਵਾਜ਼ ਅਤੇ ਅਜ਼ੋਨ ਗੈਸ ਪੈਦਾ ਹੋਣ 'ਤੇ ਸਾਨੂੰ ਪਤਾ ਲੱਗ ਜਾਂਦਾ ਕਿ ਲਾਈਨ ਦੇ ਵਿੱਚ ਕਰੋਨਾ ਇਫੈਕਟ ਹੈ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਜੇਕਰ ਟਰਾਂਸਮਿਸ਼ਨ ਲਾਈਨ ਦੀ ਵੋਲਟੇਜ 66 KV ਤੋਂ ਵਧਾ ਕੇ 132 KV ਕਰ ਦਿੱਤੀ ਜਾਏ ਤਾਂ ਲਾਈਨ ਵਿੱਚ ਲੰਘਣ ਵਾਲਾ ਜਿਹੜਾ ਕਰੰਟ ਹੈ ਉਹ ਕਿੰਨਾ ਹੋ ਜਾਏਗਾ, ਦੁੱਗਣਾ ਹੋ ਜਾਏਗਾ, ਅੱਧਾ ਰਹਿ ਜਾਏਗਾ ਜਾਂ ਉਤਨਾ ਹੀ ਰਹੇਗਾ। ਤਾਂ ਇਸਦਾ ਜਿਹੜਾ ਰਾਈਟ ਆਂਸਰ ਹੈ ਉਹ ਆਪਸ਼ਨ ਸੈਕਿੰਡ ਆ ਜਾਏਗਾ ਜੀ, ਉਹ ਜਿਹੜਾ ਕਰੰਟ ਹੈ ਉਹ ਕਿੰਨਾ ਹੋ ਜਾਏਗਾ, ਅੱਧਾ ਹੋ ਜਾਏਗਾ। ਜਦੋਂ ਅਸੀਂ ਵੋਲਟੇਜ ਨੂੰ ਜ਼ਿਆਦਾ ਵਧਾਵਾਂਗੇ ਤਾਂ ਜਾਂ ਕਰੰਟ ਦੀ ਜਿਹੜੀ ਵੈਲਿਊ ਹੈ ਉਹ ਘੱਟ ਜਾਏਗੀ।
ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਕਿਸੇ ਇਲੈਕਟ੍ਰੀਕਲ ਸਿਸਟਮ ਦੇ ਲਈ ਲੋੜੀਂਦੇ ਇੰਸੂਲੇਸ਼ਨ ਕਿਸ ਗੱਲ 'ਤੇ ਨਿਰਭਰ ਕਰਦਾ ਹੈ, ਕਿ ਕਿਸੇ ਇਲੈਕਟ੍ਰੀਕਲ ਸਿਸਟਮ ਵਿੱਚ ਲੋੜੀਂਦੇ ਇੰਸੂਲੇਸ਼ਨ ਜਿਹੜੀ ਕਿਸ ਗੱਲ 'ਤੇ ਨਿਰਭਰ ਕਰਦੀ ਹੈ, ਉਹ ਕਰੰਟ ਦੇ ਇੰਸੂਲੇਸ਼ਨ ਡਿਪੈਂਡ ਕਰਦੀ ਹੈ, ਪਾਵਰ 'ਤੇ ਕਰਦੀ ਹੈ, ਵੋਲਟੇਜ 'ਤੇ ਕਰਦੀ ਹੈ, ਜਾਂ ਚਾਰਜ 'ਤੇ ਕਰਦੀ ਹੈ। ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ ਜੀ ਉਹ ਆ ਜਾਏਗਾ ਜੀ ਵੋਲਟੇਜ। ਨੈਕਸਟ ਕੁਐਸਚਨ ਹੈ ਸਟਾਰ ਕੁਨੈਕਸ਼ਨ ਦੇ ਵਿੱਚ ਕੀ ਹੁੰਦਾ ਕਿ ਤਿੰਨਾਂ ਫੇਜ਼ਾਂ ਦੇ ਇੱਕੋ ਜਿਹੇ ਸ਼ੁਰੂ ਵਾਲੇ ਜਾਂ ਅਖੀਰ ਵਾਲੇ ਇੱਕ ਬਿੰਦੂ 'ਤੇ ਜੋੜੇ ਜਾਂਦੇ ਹਨ ਅਤੇ ਆਊਟਪੁੱਟ ਦੂਜੇ ਸਿਰਿਆਂ ਤੋਂ ਲਈ ਜਾਂਦੀ ਹੈ। ਆਪਸ਼ਨ ਫਸਟ ਇਸ ਦਾ ਰਾਈਟ ਆਂਸਰ ਆ ਜਾਣਾ। ਉਸ ਤੋਂ ਬਾਅਦ ਪੁੱਛਿਆ ਹੈ ਕਿ ਇਹ ਦੱਸਿਆ ਕਿ ਇੱਕ ਫੇਜ਼ ਦਾ ਸ਼ੁਰੂ ਵਾਲਾ ਸਿਰਾ ਦੂਜੇ ਫੇਜ਼ ਦੇ ਅੰਤ ਵਾਲਾ ਸਿਰੇ ਦੇ ਨਾਲ ਜੋੜਿਆ ਜਾਏ ਤਾਂ ਉਸਨੂੰ ਕਹਿੰਦੇ ਆ, ਇਹ ਜਿਹੜਾ ਦੂਸਰਾ ਵਾਲਾ ਹੈ ਇਹਨੂੰ ਅਸੀਂ ਕਹਿੰਦੇ ਹਾਂ ਜੀ ਡੈਲਟਾ ਕਨੈਕਸ਼ਨ। ਅਤੇ ਇਸ ਕੇਸ ਵਿੱਚ ਜਿਹੜਾ ਆਪਸ਼ਨ ਫਸਟ ਇਸ ਦਾ ਜਿਹੜਾ ਰਾਈਟ ਆਂਸਰ ਆ ਜਾਣਾ, ਜਿਸ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਤਿੰਨ ਫੇਜ਼ ਹੁੰਦੇ ਆ। ਇਹ ਸਾਡੇ ਕੋਲ ਤਿੰਨ ਫੇਜ਼ ਹੈ, ਰੈੱਡ, ਜੈਲੋ ਅਤੇ ਬਲਿਊ। ਇਹਦੇ ਸਟਾਰਟਿੰਗ ਪੁਆਇੰਟ ਜਾਂ ਐਂਡ ਪੁਆਇੰਟ ਅਸੀਂ ਕਿਸੇ ਇੱਕ ਕੋਮਨ ਪੁਆਇੰਟ ਦੇ ਨਾਲ ਜਿਹੜਾ ਉਹਨੂੰ ਕੋਮਨ ਕਰ ਦਿੰਦੇ ਹਾਂ, ਉਹ ਜਿਹੜਾ ਸਾਡੇ ਕੋਲ ਪੁਆਇੰਟ ਹੈ ਇਹ ਸਾਡੇ ਕੋਲ ਪੁਆਇੰਟ ਬਣ ਜਾਂਦਾ ਸਾਡੇ ਕੋਲ ਨਿਊਟਰਲ ਪੁਆਇੰਟ। ਇਹ ਜਿਹੜਾ ਪੁਆਇੰਟ ਹੈ ਇਹ ਬਣ ਜਾਂਦਾ ਸਾਡੇ ਕੋਲ ਨਿਊਟਰਲ ਪੁਆਇੰਟ। ਤਾਂ ਆਪਸ਼ਨ ਫਸਟ ਜਿਹੜਾ ਇਸਦਾ ਰਾਈਟ ਆਂਸਰ ਆ ਜਾਏਗੀ, ਤਿੰਨਾਂ ਫੇਜ਼ਾਂ ਦੇ ਇੱਕੋ ਜਿਹੇ ਸਿਰੇ ਨੂੰ ਜਾਂ ਸ਼ੁਰੂ ਵਾਲੇ ਜਾਂ ਐਂਡ ਵਾਲੇ ਇੱਕ ਬਿੰਦੂ ਦੇ ਨਾਲ ਜੋੜੇ ਜਾਂਦੇ ਹਨ ਅਤੇ ਜਿਹੜੀ ਆਊਟਪੁੱਟ ਹੈ ਉਹ ਦੂਜੇ ਸਿਰਿਆਂ ਤੋਂ ਲਈ ਜਾਂਦੀ ਹੈ। ਜਿਵੇਂ ਅਸੀਂ ਇਹ ਡਾਇਗਰਾਮ ਬਣਾਈ ਹੈ, ਇਹ ਸਾਡੇ ਕੋਲ ਅਗਰ ਤਿੰਨ ਕੰਡਕਟਰ ਹੈ, ਇਹ ਅਸੀਂ ਇਹਦੇ ਐਂਡ ਵਾਲੇ ਸਿਰੇ ਜਿਹੜੇ ਮਿਲਾ ਦਿੰਦੇ ਹਾਂ, ਇੱਥੋਂ ਅਸੀਂ ਜਿਹੜੀ ਇਹਦੀ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਕਿ ਤਿੰਨ ਫੇਜ਼ ਤਾਰ ਸਿਸਟਮ ਜਿਹੜਾ ਕਿੱਥੇ ਵਰਤਿਆ ਜਾਂਦਾ ਹੈ, ਰਜਿਸਟਿਵ ਲੋਡ ਦੇ ਲਈ, ਆਰਕ ਫਰਨਸ ਦੇ ਲਈ, ਜਾਂ ਬੈਲੈਂਸ ਲੋਡ ਲਈ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ, ਜਿਹੜਾ ਤਿੰਨ ਫੇਜ਼ ਤਿੰਨ ਤਾਰ ਸਿਸਟਮ ਹੈ, ਅਸੀਂ ਬੈਲੈਂਸ ਲੋਡ ਦੇ ਲਈ ਯੂਜ਼ ਕਰਦੇ ਹਾਂ, ਜਿੱਥੇ ਲੋਡ ਜਿਹੜਾ ਸਾਡੇ ਕੋਲ ਬੈਲੈਂਸ ਲੋਡ ਹੁੰਦਾ। ਆਪਸ਼ਨ ਥਰਡ ਇਸ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਤਿੰਨ ਫੇਜ਼ ਚਾਰ ਤਾਰ ਸਿਸਟਮ ਵਿੱਚ ਜਿਹੜੀ ਨਿਊਟਰਲ ਤਾਰ ਕਦੋਂ ਜ਼ੀਰੋ ਹੁੰਦੀ ਹੈ, ਜਾਨੀ ਕਿ ਨਿਊਟਰਲ ਤਾਰ ਦੇ ਵਿੱਚ ਜਿਹੜਾ ਕਰੰਟ ਹੈ ਕਦੋਂ ਜ਼ੀਰੋ ਹੁੰਦਾ, ਜਦੋਂ ਸਪਲਾਈ ਵੋਲਟੇਜ 230 ਹੋਵੇ, ਜਦੋਂ ਸਿਸਟਮ ਦੀ ਫ੍ਰੀਕੁਐਂਸੀ 40 ਹਰਟਜ਼ ਹੋਏ, ਜਾਂ ਜਦੋਂ ਤਿੰਨਾਂ ਫੇਜ਼ਾਂ ਦਾ ਲੋਡ ਬੈਲੈਂਸ ਹੋਏ। ਅਤੇ ਇਸਦਾ ਜਿਹੜਾ ਆਂਸਰ ਹੈ ਜੀ ਉਹ ਆਂਸਰ ਥਰਡ ਆ ਜਾਣਾ ਕਿ ਜਦੋਂ ਤਿੰਨਾਂ ਫੇਜ਼ਾਂ 'ਤੇ ਬੈਲੈਂਸ ਲੋਡ ਹੁੰਦਾ ਹੈ, ਉਦੋਂ ਜਿਹੜੀ ਸਾਡੇ ਕੋਲ ਨਿਊਟਰਲ ਤਾਰ ਹੈ ਉਸਦੇ ਵਿੱਚ ਜਿਹੜਾ ਕਰੰਟ ਹੈ ਉਹ ਜ਼ੀਰੋ ਹੁੰਦਾ। ਤਾਂ ਇਸ ਕਰਕੇ ਇਸਦਾ ਜਿਹੜਾ ਆਂਸਰ ਹੈ ਆਪਸ਼ਨ ਥਰਡ ਇਸ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਉੱਚ ਵੋਲਟੇਜ ਟਰਾਂਸਮਿਸ਼ਨ ਲਾਈਨਾਂ ਵਿੱਚ ਸਭ ਤੋਂ ਉੱਪਰਲਾ ਕੰਡਕਟਰ ਕਿਹੜਾ ਹੁੰਦਾ ਹੈ। ਉੱਚ ਵੋਲਟੇਜ ਟਰਾਂਸਮਿਸ਼ਨ ਲਾਈਨਾਂ ਵਿੱਚ ਸਭ ਤੋਂ ਜਿਹੜਾ ਉੱਪਰਲਾ ਕੰਡਕਟਰ ਹੈ ਉਹ ਰੈੱਡ ਫੇਸ ਹੁੰਦਾ, ਨੀਲਾ ਫੇਸ ਹੁੰਦਾ, ਅਰਥ ਫੇਸ ਹੁੰਦਾ, ਜਾਂ ਪੀਲਾ ਫੇਸ ਹੁੰਦਾ। ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ ਜੀ, ਸਭ ਤੋਂ ਜਿਹੜਾ ਉੱਪਰਲਾ ਕੰਡਕਟਰ ਹੁੰਦਾ ਜੀ ਉਹ ਅਰਥ ਤਾਰ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਬੱਕਲ ਰਿਲੇ ਟਰਾਂਸਫਾਰਮਰ ਨੂੰ ਕਿਸ ਤਰ੍ਹਾਂ ਦੇ ਫਾਲਟ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਆਪਸ਼ਨ ਹੈ ਅੰਦਰੂਨੀ ਨੁਕਸ ਤੋਂ, ਅਸਮਾਨੀ ਬਿਜਲੀ ਤੋਂ ਨਹੀਂ, ਬਾਹਰੀ ਨੁਕਸ ਤੋਂ ਨਹੀਂ, ਉਪਰੋਕਤ ਵਿੱਚੋਂ ਕੋਈ ਨਹੀਂ। ਅਤੇ ਇਸਦਾ ਆਂਸਰ ਫਸਟ ਆ ਜਾਏਗਾ ਜੀ, ਜਿਹੜੀ ਬੱਕਲ ਰੇ ਹੁੰਦੀ ਹੈ ਉਹ ਟਰਾਂਸਫਾਰਮਰ ਨੂੰ ਅੰਦਰੂਨੀ ਨੁਕਸ ਤੋਂ ਬਚਾਉਂਦੀ ਹੈ।
ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਕੇਬਲਾਂ ਦੀਆਂ IR ਜਿਹੜੀ ਵੈਲਿਊ ਹੈ ਉਹਨਾਂ ਦੀ ਕੀਮਤਾਂ ਕਿਸ ਯੂਨਿਟ ਦੇ ਵਿੱਚ ਜਿਹੜੀਆਂ ਦਰਸਾਈਆਂ ਜਾਂਦੀਆਂ, ਓਮ ਦੇ ਵਿੱਚ, ਮੈਗਾ ਓਮ 'ਚ, ਮਾਈਕਰੋ 'ਚ ਜਾਂ ਮਿਲੀ ਓਮ 'ਚ? ਇਸ ਦਾ ਰਾਈਟ ਆਂਸਰ ਆ ਜਾਏਗਾ ਜੀ ਆਪਸ਼ਨ ਸੈਕਿੰਡ ਆ ਜਾਏਗਾ ਜੀ, ਮੈਗਾ ਓਮ ਦੇ ਵਿੱਚ ਦਰਸਾਈਆਂ ਜਾਂਦੀਆਂ। ਨੈਕਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਵੋਲਟੇਜ ਟਰਾਂਸਮਿਸ਼ਨ ਲਈ ਨਹੀਂ ਵਰਤੀ ਜਾਂਦੀ? ਤਾਂ 66 KV ਲਾਈਨ, 132 KV ਲਾਈਨ ਬਿਲਕੁਲ ਠੀਕ ਹੈ, 400 KV ਲਾਈਨ ਹੈ, 108 KV ਜਿਹੜੀ ਲਾਈਨ ਹੈ ਉਹ ਨਹੀਂ ਵਰਤੀ ਜਾਂਦੀ। ਆਪਸ਼ਨ ਥਰਡ ਇਸ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ 171, ਜਿਸ ਦੇ ਵਿੱਚ ਹੈ ਕਿ ਇਨਸਾਨੀ ਜਿਸਮ ਦੀ ਜਿਹੜੀ ਰਜਿਸਟੈਂਸ ਹੈ ਤਕਰੀਬਨ ਕਿੰਨੀ ਹੁੰਦੀ ਹੈ? 1000 ohm ਹੁੰਦੀ ਹੈ, 10 ohm ਹੁੰਦੀ ਹੈ, ਜਾਂ 100 ohm ਹੁੰਦੀ ਹੈ, ਜਾਂ 100000 ohm ਹੁੰਦੀ ਹੈ? ਤਾਂ ਇਸਦਾ ਜਿਹੜਾ ਰਾਈਟ ਆਂਸਰ ਹੈ ਜੀ, ਅਗਰ ਅਸੀਂ ਇਨਸਾਨੀ ਜਿਸਮ ਦੀ ਗੱਲ ਕਰਦੇ ਹਾਂ ਤਾਂ ਅਗਰ ਜਿਹੜੀ ਬੋਡੀ ਸਾਡੀ, ਅਗਰ ਡਰਾਈ ਬੋਡੀ ਹੈ ਯਾਨੀ ਕਿ ਸੁੱਕੀ ਹੈ ਸਾਡੀ ਬੋਡੀ, ਤਾਂ ਉਸਦੀ ਜਿਹੜੀ ਰਜਿਸਟੈਂਸ ਹੁੰਦੀ ਹੈ ਜੀ ਉਹ ਲਗਭਗ 100000 ohm ਦੇ ਆਸ ਪਾਸ ਹੁੰਦੀ ਹੈ। ਅਗਰ ਸਾਡੀ ਬੋਡੀ ਜਿਹੜੀ ਹੈ ਡਰਾਈ ਵੈੱਟ ਹੁੰਦੀ ਹੈ ਯਾਨੀ ਕਿ ਗਿੱਲੀ ਹੁੰਦੀ ਹੈ, ਜਦੋਂ ਸਾਡੀ ਬੋਡੀ ਵੈੱਟ ਹੋਏਗੀ, ਗਿੱਲੀ ਹੋਏਗੀ, ਉਸ ਵੇਲੇ ਜਿਹੜੀ ਉਹਦੀ ਰਜਿਸਟੈਂਸ ਹੈ 1000 ohm ਹੁੰਦੀ ਹੈ। ਆਮ ਤੁਸੀਂ ਦੇਖਿਆ ਹੋਏਗਾ ਜਦੋਂ ਸਾਡੀ ਬੋਡੀ ਗਿੱਲੀ ਹੁੰਦੀ ਹੈ, ਸਾਡੇ ਹੱਥ ਪੈਰ ਗਿੱਲੇ ਹੁੰਦੇ ਆ, ਤਾਂ ਸਾਨੂੰ ਇਲੈਕਟ੍ਰਿਕ ਸ਼ੌਕ ਦੇ ਜਿਹੜੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ ਆ, ਕਿਉਂਕਿ ਜਦੋਂ ਸਾਡੀ ਬੋਡੀ ਵੈੱਟ ਹੁੰਦੀ ਹੈ ਤਾਂ ਉਸਦੀ ਜਿਹੜੀ ਰਜਿਸਟੈਂਸ ਹੈ ਉਹ 1000 ohm ਹੁੰਦੀ ਹੈ, ਔਰ ਜਦੋਂ ਸਾਡੀ ਬੋਡੀ ਡਰਾਈ ਹੁੰਦੀ ਹੈ ਤਾਂ ਸਾਡੀ ਜਿਹੜੀ ਰਜਿਸਟੈਂਸ ਹੈ ਬੋਡੀ ਦੀ ਉਹ 100000 ohm ਦੇ ਆਸ ਪਾਸ ਹੁੰਦੀ ਹੈ। ਤਾਂ ਕਰੰਟ ਦੀ ਟੈਂਡੈਂਸੀ ਹਮੇਸ਼ਾ ਹੀ ਕਰੰਟ ਜਿਹੜਾ ਉਹ ਹਾਈ ਰਜਿਸਟੈਂਸ ਤੋਂ ਲੋ ਰਜਿਸਟੈਂਸ ਵਾਲੀ ਸਾਈਡ 'ਤੇ ਚੱਲਦਾ। ਇਸ ਕਰਕੇ ਇਸਦਾ ਜਿਹੜਾ ਆਂਸਰ ਹੈ ਉਹ ਆਪਸ਼ਨ ਤੁਸੀਂ ਇਸਦੀ ਜਿਹੜੀ ਲਗਾਓਗੇ, ਅਗਰ ਇਸਦੇ ਵਿੱਚ ਡਰਾਈ ਔਰ ਵੈੱਟ ਨਹੀਂ ਪੁੱਛਿਆ ਗਿਆ। ਅਗਰ ਡਰਾਈ ਬੋਡੀ ਦੀ ਗੱਲ ਕੀਤੀ ਜਾਂਦੀ ਹੈ ਤਾਂ 100000 ohm, ਅਗਰ ਵੈੱਟ ਬੋਡੀ ਦੀ ਗੱਲ ਕੀਤੀ ਜਾਂਦੀ ਹੈ, ਸਾਡੀ ਬੋਡੀ ਗਿੱਲੀ ਹੈ, ਤਾਂ ਫਿਰ ਆਏਗਾ 1000 ohm। ਉਸ ਤੋਂ ਬਾਅਦ ਇੱਕ ਪੋਲ ਮਾਊਂਟਿੰਗ ਸਬਸਟੇਸ਼ਨ ਦੀ ਜਿਹੜੀ ਅਰਥਾਂ ਦੇ ਸੈੱਟ ਜਿਹੜੇ ਹੈ ਕਿੰਨੇ ਯੂਜ਼ ਕੀਤੇ ਜਾਂਦੇ ਆ? ਮੋਸਟਲੀ ਅਸੀਂ 2 ਵੀ ਯੂਜ਼ ਕੀਤੇ ਜਾਂਦੇ ਆ, ਤਾਂ 3 ਵੀ ਕੀਤੇ ਜਾਂਦੇ ਆ, ਮੋਸਟਲੀ ਅਸੀਂ 2 ਯੂਜ਼ ਜਿਹੜੇ ਆ ਕਰਦੇ ਹਾਂ, ਤਾਂ ਕਿ ਅਗਰ ਇੱਕ ਅਰਥਿੰਗ ਜਿਹੜੀ ਹੈ ਫੇਲ ਹੋ ਜਾਂਦੀ ਹੈ ਤਾਂ ਦੂਸਰੀ ਅਰਥਿੰਗ ਜਿਹੜੀ ਹੈ ਕੰਮ ਕਰਦੀ ਹੈ। ਤਾਂ ਇਸ ਕਰਕੇ ਅਸੀਂ 2 ਸੈੱਟ ਜਿਹੜੇ ਆ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਬਲਬਾਂ ਵਿੱਚ ਕਿਹੜੀ ਗੈਸ ਜਿਹੜੀ ਹੈ ਭਰੀ ਜਾਂਦੀ ਹੈ? ਕਾਰਬਨ ਡਾਈਆਕਸਾਈਡ, ਆਕਸੀਜਨ, ਆਰਗਨ ਅਤੇ ਪੈਟਰੋਲੀਅਮ ਗੈਸ? ਇਸਦਾ ਜਿਹੜਾ ਰਾਈਟ ਆਂਸਰ ਹੈ ਜੀ ਉਹ ਆ ਜਾਏਗਾ ਆਰਗਨ ਗੈਸ, ਇਸਦਾ ਜਿਹੜਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ, ਕੁਐਸਚਨ ਨੰਬਰ 174, ਜਿਸ ਵਿੱਚ ਇੱਕ 3-phase 4 ਤਾਰ ਸਿਸਟਮ ਵਿੱਚ ਨਿਊਟਰਲ ਤਾਰ ਦਾ ਜਿਹੜਾ ਕ੍ਰੋਸ ਸੈਕਸ਼ਨ ਏਰੀਆ ਯਾਨੀ ਕਿ ਖੇਤਰਫਲ ਹੈ ਉਹ ਕਿੰਨਾ ਹੁੰਦਾ? ਮੇਨ ਕੰਡਕਟਰ ਨਾਲੋਂ ਦੁੱਗਣਾ ਹੁੰਦਾ, ਮੇਨ ਕੰਡਕਟਰ ਤੋਂ ਅੱਧਾ ਹੁੰਦਾ, ਜਾਂ ਮੇਨ ਕੰਡਕਟਰ ਦੇ ਬਰਾਬਰ ਹੁੰਦਾ, ਜਾਂ ਮੇਨ ਕੰਡਕਟਰ ਦਾ ਚੌਥਾ ਹਿੱਸਾ ਹੁੰਦਾ? ਇਸਦਾ ਰਾਈਟ ਆਂਸਰ ਆ ਜੀ ਮੇਨ ਕੰਡਕਟਰ ਤੋਂ ਅੱਧਾ ਹੁੰਦਾ। ਉਸ ਤੋਂ ਬਾਅਦ ਹੈ DC ਮੋਟਰ ਅਤੇ ਕਮੂਟੇਟਰ ਦੇ ਜਿਹੜੇ ਬ੍ਰਸ਼ ਆ ਉਹ ਕਿਹੜੇ ਪਦਾਰਥ ਦੇ ਬਣੇ ਹੁੰਦੇ ਆ? ਆਪਸ਼ਨ ਥਰਡ ਆ ਜਾਣਾ ਜੀ, ਕਾਰਬਨ ਦੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ DC ਮੋਟਰ ਦੀ ਸਪੀਡ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਬਦਲੀ ਜਾ ਸਕਦੀ ਹੈ? DC ਮੋਟਰ ਦੀ ਜਿਹੜੀ ਸਪੀਡ ਹੈ, ਤਾਂ ਅਸੀਂ ਫੀਲਡ ਕਰੰਟ, ਆਰਮੇਚਰ ਦੇ ਸੀਰੀਜ਼ ਵਿੱਚ ਰਜਿਸਟੈਂਸ ਲਗਾ ਕੇ, ਜਾਂ ਸਪਲਾਈ ਵੋਲਟੇਜ, ਜਾਂ ਉਪਰੋਕਤ ਵਿੱਚੋਂ ਸਾਰੀ, ਅਤੇ ਇਹ ਸਾਰੇ ਹੀ ਮੈਥਡ ਯੂਜ਼ ਕਰਕੇ ਅਸੀਂ DC ਮੋਟਰ ਦੀ ਜਿਹੜੀ ਸਪੀਡ ਹੈ ਉਹ
ਬਦਲ ਸਕਦੇ ਹਾਂ, ਚੇਂਜ ਕਰ ਸਕਦੇ ਹਾਂ, ਯਾਨੀ ਕਿ ਫੀਲਡ ਕਰੰਟ ਨੂੰ ਵਧਾ ਕੇ ਜਾਂ ਘਟਾ ਕੇ ਆਰਮੇਚਰ ਦੇ ਸੀਰੀਜ਼ ਵਿੱਚ ਰਜਿਸਟੈਂਸ ਲਗਾਉਣ 'ਤੇ ਜਾਂ ਸਪਲਾਈ ਵੋਲਟੇਜ ਦੇ ਕੇ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਡੀਸੀ ਮੋਟਰ ਦੇ ਕਮੂਟੇਟਰ ਦੇ ਜਿਹੜੇ ਵੱਖ ਵੱਖ ਸੈਗਮੈਂਟਾਂ ਦੇ ਵਿਚਾਲੇ ਜਿਹੜਾ ਇੰਸੂਲੇਟਿੰਗ ਪਦਾਰਥ ਜਿਹੜਾ ਯੂਜ਼ ਕੀਤਾ ਜਾਂਦਾ ਉਹ ਕਿਹੜਾ ਹੁੰਦਾ? ਗ੍ਰੇਫਾਈਟ, ਵਾਰਨਿਸ਼, ਕੱਪੜਾ, ਅਤੇ ਇਸਦਾ ਰਾਈਟ ਆਂਸਰ ਆ ਜਾਏਗਾ ਜੀ ਮਾਈਕਾ, ਇਸਦਾ ਰਾਈਟ ਆਂਸਰ ਆ ਜਾਏਗਾ। ਨੈਕਸਟ ਕੁਸ਼ਚਨ ਹੈ ਕੋਰ ਦੀਆਂ ਲੈਮੀਨੇਸ਼ਨਾਂ ਕਿਹੜੇ ਪਦਾਰਥ ਦੀਆਂ ਬਣੀਆਂ ਹੁੰਦੀਆਂ ਹੈ? ਕੋਰ ਦੀ ਜਿਹੜੀ ਲੈਮੀਨੇਸ਼ਨ ਕੋਰ ਹੁੰਦੀ ਹੈ ਉਹ ਕਿਹੜੇ ਪਦਾਰਥ ਦੀ ਬਣੀ ਹੁੰਦੀ ਹੈ? ਸਿਲੀਕੋਨ ਸਟੀਲ, ਸਟੇਨਲੈਸ ਸਟੀਲ, ਕਾਰਬਨ ਸਟੀਲ, ਕਾਸਟ ਸਟੀਲ, ਤਾਂ ਇਸਦਾ ਆਂਸਰ ਫਸਟ ਆ ਜਾਏਗਾ ਜੀ ਸਿਲੀਕੋਨ ਸਟੀਲ ਮਟੀਰੀਅਲ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਨੋ ਲੋਡ 'ਤੇ ਹੇਠ ਲਿਖੀਆਂ ਮੋਟਰਾਂ ਵਿੱਚੋਂ ਕਿਸ ਦੀ ਸਪੀਡ ਜਿਹੜੀ ਹੈ ਸਭ ਤੋਂ ਵੱਧ ਹੁੰਦੀ ਹੈ? ਸ਼ੰਟ ਮੋਟਰ, ਕਮੂਲੇਟਿਵ ਕੰਪਾਊਂਡ ਮੋਟਰ ਜਾਂ ਸੀਰੀਜ਼ ਮੋਟਰ? ਇਸਦਾ ਜਿਹੜਾ ਰਾਈਟ ਆਂਸਰ ਹੈ ਜੀ ਉਹ ਆ ਜਾਏਗਾ ਸੀਰੀਜ਼ ਮੋਟਰ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਕਿ ਜੇਕਰ ਡੀਸੀ ਮੋਟਰ ਨੂੰ ਏਸੀ ਸਪਲਾਈ ਦੇ ਨਾਲ ਜੋੜ ਦਿੱਤਾ ਜਾਏ ਤਾਂ ਕੀ ਹੋਏਗਾ? ਮੋਟਰ ਆਪਣੀ ਰੇਟਡ ਸਪੀਡ 'ਤੇ ਚੱਲੇਗੀ, ਮੋਟਰ ਆਪਣੀ ਰੇਟਡ ਸਪੀਡ ਨਾਲੋਂ ਘੱਟ ਚੱਲੇਗੀ, ਜਾਂ ਮੋਟਰ ਆਪਣੀ ਰੇਟਡ ਸਪੀਡ ਨਾਲੋਂ ਵੱਧ ਚੱਲੇਗੀ, ਜਾਂ ਮੋਟਰ ਸੜ ਜਾਏਗੀ? ਅਤੇ ਇਸਦਾ ਜਿਹੜਾ ਰਾਈਟ ਆਂਸਰ ਹੈ ਉਹ ਆਪਸ਼ਨ ਲਾਸਟ ਆ ਜਾਂਦਾ ਕਿ ਮੋਟਰ ਜਿਹੜੀ ਹੈ ਸੜ ਜਾਏਗੀ। ਉਸ ਤੋਂ ਬਾਅਦ ਹੈ ਕਿ ਡੀਸੀ ਮੋਟਰਾਂ ਵਿੱਚ ਸਟਾਰਟਰਾਂ ਦੀ ਵਰਤੋਂ ਜਿਹੜੀ ਹੈ ਕਿਉਂ ਕੀਤੀ ਜਾਂਦੀ ਹੈ? ਮੋਟਰਾਂ ਦੀ ਸਟਾਰਟਿੰਗ ਟਾਰ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਨਹੀਂ, ਇਹਨਾਂ ਮੋਟਰਾਂ ਦੀ ਸੈਲਫ ਸਟਾਰਟ ਨਹੀਂ ਹੁੰਦਾ? ਆਰਮੇਚਰ ਕਰੰਟ ਨੂੰ ਲਿਮਿਟ ਕਰਨ ਦੇ ਲਈ ਅਸੀਂ ਸਟਾਰਟਿੰਗ ਵੇਲੇ ਜਿਹੜੀ ਹੈ ਬੈਕ EMF ਜਿਹੜੀ ਹੈ ਉਹ 0 ਹੁੰਦੀ ਹੈ, ਤੋ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਜਿਹੜੀ ਹੈ ਸਟਾਰਟਰ ਯੂਜ਼ ਕਰਦੇ ਹਾਂ। ਜਦੋਂ ਮੋਟਰ ਰੈਸਟ ਪੋਜੀਸ਼ਨ 'ਤੇ ਹੁੰਦੀ ਹੈ ਤਾਂ ਉਸਦੀ ਜਿਹੜੀ ਬੈਕ EMF ਹੈ ਉਹ 0 ਹੁੰਦੀ ਹੈ, ਤਾਂ ਉਸ ਵੇਲੇ ਅਸੀਂ ਜਿਹੜਾ ਸਟਾਰਟਿੰਗ ਕਰੰਟ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਸਟਾਰਟਰ ਦੀ ਜਿਹੜੀ ਵਰਤੋਂ ਕਰਦੇ ਹਾਂ। ਅਤੇ ਇਸ ਕਰਕੇ ਆਪਸ਼ਨ ਥਰਡ ਆ ਜਾਏਗਾ ਕਿ ਆਰਮੇਚਰ ਕਰੰਟ ਲਿਮਿਟ ਕਰਨ ਲਈ, ਕਿਉਂਕਿ ਸਟਾਰਟਿੰਗ ਵੇਲੇ ਜਿਹੜੀ ਬੈਕ EMF ਜਿਹੜੀ ਆ ਉਹ 0 ਦੇ ਬਰਾਬਰ ਹੁੰਦੀ ਹੈ। ਤੋ ਨੈਕਸਟ ਪਾਰਟ ਅਸੀਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।